ਕਿ ਇਹ ਜਿਹੜਾ ਤਖ਼ਤ ਹੈ ਇਹ ਗੁਰੂ ਸਾਹਿਬ ਨੂੰ ਭੇਂਟ ਕਰੋ। ਤੇ ਜਾਣ ਲੱਗਿਆਂ ਗੁਰੂ ਸਾਹਿਬ ਨੇ ਆਪਣੀ ਇੱਥੇ ਨਿਸ਼ਾਨੀ ਵੀ ਛੱਡੀ ਸੀ ਇੱਕ, ਕਿ ਇਹ ਪਹਿਲਾਂ ਪੂਰਾ ਦਰਖਤ ਸੀਗਾ, ਇਹਨੂੰ ਵੱਢ ਦਿੱਤਾ ਗਿਆ। ਆ ਵੇਖੋ CRPF। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ। ਇਸ ਟਾਈਮ ਮੈਂ ਗੁਰਦੁਆਰਾ 6ਵੀਂ ਪਾਤਸ਼ਾਹੀ ਛੱਟੀ ਪਾਤਸ਼ਾਹੀ ਗੁਰਦੁਆਰਾ ਬਾਰਾਮੂਲਾ ਦੇ ਵਿੱਚ ਹਾਂ। ਇਹ 55 ਕਿਲੋਮੀਟਰ ਪੈਂਦਾ ਸ਼੍ਰੀਨਗਰ ਤੋਂ, ਅਤੇ ਕੱਲ੍ਹ ਰਾਤ ਮੈਂ ਇੱਥੇ ਪਹੁੰਚਿਆ ਸੀ। ਅਤੇ ਆਹ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਪੂਰਾ ਬਾਰਾਮੂਲਾ 'ਚ। ਇਹ ਜਿਹੜੇ ਪੱਥਰ ਦੇ ਪਹਾੜ ਨੇ ਉਹਨਾਂ ਦੇ ਆਲੇ ਦੁਆਲੇ ਇਹ ਗੁਰਦੁਆਰਾ ਵਸਿਆ ਹੋਇਆ। ਅਤੇ ਗੁਰਦੁਆਰੇ ਦੇ ਉਧਰਲੇ ਬੰਨੇ ਝੇਲਮ ਨਦੀ ਹੈ, ਅਤੇ ਉਹ ਜਿਹੜਾ ਗੁਰਦੁਆਰੇ ਦਾ ਹੈਗਾ ਮੇਨ ਗੇਟ। ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਂਗੀਰ ਦੇ ਨਾਲ ਆਏ ਸੀਗੇ ਸ਼੍ਰੀਨਗਰ ਤੋਂ। ਸ਼੍ਰੀਨਗਰ ਵੀ ਗੁਰਦੁਆਰਾ ਛੱਟੀ ਪਾਤਸ਼ਾਹੀ ਹੈਗਾ, ਅਤੇ ਇੱਥੇ ਵੀ ਇਸ ਗੁਰਦੁਆਰੇ ਦਾ ਨਾਮ ਵੀ ਗੁਰਦੁਆਰਾ ਛੱਟੀ ਪਾਤਸ਼ਾਹੀ ਹੈਗਾ। ਅਤੇ ਜਦੋਂ ਗੁਰੂ ਸਾਹਿਬ ਜਹਾਂਗੀਰ ਦੇ ਨਾਲ ਇੱਥੇ ਆਏ ਸੀਗੇ, ਉਸ ਤੋਂ ਬਾਅਦ ਜਿੰਨੇ ਵੀ ਇੱਥੇ ਦੇ ਮੁਸਲਿਮ ਧਰਮ ਦੇ ਲੋਕ ਸੀਗੇ, ਉਹ ਜਹਾਂਗੀਰ ਦੇ ਲਈ ਇੱਕ ਪੱਥਰ ਲੈ ਕੇ ਆਏ ਸੀਗੇ, ਜਿਹਨੂੰ ਐਜ਼ ਅ ਤਖ਼ਤ ਉਹ ਜਹਾਂਗੀਰ ਨੂੰ ਦੇਣਾ ਚਾਹੁੰਦੇ ਸੀ। ਪਰ ਜਹਾਂਗੀਰ ਨੇ ਉਦੋਂ ਇਹ ਗੱਲ ਕਹੀ ਕਿ ਮੇਰੇ ਨਾਲੋਂ ਜ਼ਿਆਦਾ ਹੱਕਦਾਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪੱਥਰ ਦੇ, ਇਸ ਤਖ਼ਤ ਦੇ। ਅਤੇ ਜਹਾਂਗੀਰ ਨੇ ਆਪਣੇ ਮੁਸਲਿਮ ਭਰਾਵਾਂ ਨੂੰ ਕਿਹਾ ਕਿ ਇਹ ਜਿਹੜਾ ਤਖ਼ਤ ਹੈ ਇਹ ਗੁਰੂ ਸਾਹਿਬ ਨੂੰ ਭੇਂਟ ਕਰੋ। ਅਤੇ ਜਾਣ ਲੱਗਿਆਂ ਗੁਰੂ ਸਾਹਿਬ ਨੇ ਆਪਣੀ ਇੱਥੇ ਨਿਸ਼ਾਨੀ ਵੀ ਛੱਡੀ ਸੀ ਇੱਕ, ਉਹ ਸਾਹਮਣੇ ਤੁਸੀਂ ਜਿਹੜਾ ਦਰਖਤ ਦੇਖ ਸਕਦੇ ਹੋ ਚਿਨਾਰ ਦੀ ਟਾਹਣੀ, ਉਹ ਇੱਥੇ ਲੱਗੀ ਹੋਈ ਹੈ। ਹਾਲਾਂਕਿ ਇਹ ਪਹਿਲਾਂ ਪੂਰਾ ਦਰਖਤ ਸੀਗਾ, ਇਹਨੂੰ ਵੱਢ ਦਿੱਤਾ ਗਿਆ ਜਥੇਬੰਦੀਆਂ ਦੁਆਰਾ, ਪਤਾ ਨਹੀਂ ਕਿਉਂ ਵੱਢਿਆ ਗਿਆ। ਪਰ ਜਿਹੜੀ ਇਹ ਨਿਸ਼ਾਨੀ ਹੈ ਇਹਨੂੰ ਇੱਦਾਂ ਸਾਂਭ ਕੇ ਰੱਖਿਆ ਗਿਆ। ਪਰ ਮੈਂ ਮੰਨਦਾ ਵੀ ਜੇ ਪੂਰਾ ਰੁੱਖ ਸੀਗਾ ਇਹਨੂੰ ਕੱਟਣਾ ਨਹੀਂ ਸੀ ਚਾਹੀਦਾ, ਕਿਉਂਕਿ ਜਿਹੜੀ ਆਪਣੇ ਗੁਰੂ ਸਾਹਿਬ ਦੀ ਨਿਸ਼ਾਨੀ ਹੈ ਉਹਦੇ ਨਾਲ ਛੇੜਛਾੜ ਕਰਨਾ ਮੈਨੂੰ ਬਹੁਤ ਹੱਦ ਤੱਕ ਗਲਤ ਲੱਗਦਾ। ਅਤੇ ਆਹ ਜਿਹੜਾ ਖੂਹ ਦੇਖ ਰਹੇ ਹੋ ਤੁਸੀਂ, ਇਹ ਵੀ ਇਤਿਹਾਸਿਕ ਖੂਹ ਹੈ, ਇੱਥੋਂ ਤੁਸੀਂ ਜਲ ਛੱਕ ਸਕਦੇ ਹੋ। ਇਸ ਤੋਂ ਇਲਾਵਾ ਇਹ ਜਿਹੜਾ ਗੁਰਦੁਆਰਾ ਆਲੇ ਦੁਆਲੇ ਪੱਥਰਾਂ ਦੇ ਪਹਾੜਾਂ ਦੇ ਆਲੇ ਦੁਆਲੇ ਵਸਿਆ ਹੋਇਆ। ਬਰਫ਼ ਇੱਥੇ ਪੈਂਦੀ ਹੈ, ਇਸ ਵਾਰੀ ਜ਼ਿਆਦਾ ਨਹੀਂ ਪਈ ਬਰਫ਼, ਪਰ ਪੈਂਦੀ ਹੈ ਕਿਉਂਕਿ ਇੱਥੇ ਧੁੱਪ ਜ਼ਿਆਦਾ ਨਿਕਲਦੀ ਹੈ ਬਾਕੀ ਸ਼ਹਿਰਾਂ ਨਾਲੋਂ ਕਸ਼ਮੀਰ ਦੇ, ਤਾਂ ਕਰਕੇ ਜਿਹੜੀ ਬਰਫ਼ ਹੈ ਇੱਥੇ ਮੈਲਟ ਹੋ ਜਾਂਦੀ ਹੈ। ਆਲੇ ਦੁਆਲੇ ਤੁਸੀਂ ਪਹਾੜ ਦੇਖ ਸਕਦੇ ਹੋ, ਸਾਹਮਣੇ ਇੱਧਰ ਜਿਹੜਾ ਲੰਗਰ ਹਾਲ ਹੈ, ਅਤੇ ਇੱਧਰ ਲੰਗਰ 24 ਘੰਟੇ ਚੱਲਦਾ, ਚਾਹ ਦਾ ਲੰਗਰ ਵੀ 24 ਘੰਟੇ ਹੁੰਦਾ। ਉਸ ਸਾਈਡ ਜਿੱਥੇ ਰੁਕੇ ਹੁੰਦੇ ਆ ਲੋਕ, ਜੇ ਤੁਹਾਨੂੰ ਕਮਰਾ ਚਾਹੀਦਾ ਤੁਹਾਨੂੰ ਕਮਰਾ ਵੀ ਮਿਲ ਜਾਂਦਾ ਇੱਥੇ ਬਹੁਤ ਘੱਟ ਪੈਸਿਆਂ 'ਚ। ਮੈਂ ਉੱਪਰ ਚੱਲਦਾ ਤੁਹਾਨੂੰ ਕਮਰਾ ਦਿਖਾਉਣਾ ਆਪਣਾ, ਅਤੇ ਉੱਪਰੋਂ ਤੁਹਾਨੂੰ ਗੁਰਦੁਆਰੇ ਦਾ ਵਿਊ ਦਿਖਾਉਣਾ ਜਾ ਕੇ। ਅਤੇ ਇਸ ਵੇਲੇ ਮੈਂ ਸਾਹਮਣੇ ਵਾਲੀ ਬਿਲਡਿੰਗ 'ਚ ਹਾਂ ਜਿੱਥੇ ਸੇਵਾਦਾਰ ਰਾਗੀ ਸਾਰੇ ਇੱਥੇ ਰਹਿੰਦੇ ਨੇ, ਅਤੇ ਜਿਹੜੇ ਆਉਂਦੇ ਟੂਰਿਸਟ ਨੇ ਉਹਨਾਂ ਨੂੰ ਵੀ ਇੱਥੇ ਹੀ ਰੱਖਿਆ ਜਾਂਦਾ। ਇੱਥੇ ਜਿਹੜਾ ਤੁਹਾਨੂੰ ਇੱਕ ਕਮਰਾ ਮਿਲ ਜੂਗਾ, ਕਰੀਬ 500 ਰੁਪਏ 'ਚ ਤੁਹਾਨੂੰ ਇੱਕ ਕਮਰਾ ਮਿਲ ਜੂਗਾ, ਜਿਹਦੇ 'ਚ ਡਬਲ ਬੈੱਡ ਹੁੰਦਾ, ਬਾਥਰੂਮ ਹੁੰਦਾ ਵਧੀਆ। ਅਤੇ ਹਾਲਾਂਕਿ ਮੈਂ ਇਕੱਲਾ ਸੀ ਤਾਂ ਮੈਂ ਹੌਲ ਲੈ ਲਿਆ, ਜਿਹੜਾ ਹੌਲ ਹੈ ਉਹ ਸਿਰਫ ਤੁਹਾਨੂੰ 100 ਰੁਪਏ 'ਚ ਮਿਲੂਗਾ। ਮੈਂ ਤੁਹਾਨੂੰ ਦਿਖਾ ਦਿੰਦਾ ਅੰਦਰੋਂ ਵੀ ਕਿੱਦਾਂ ਦਾ, ਕੁਝ ਜ਼ਿਆਦਾ ਖਾਸ ਨਹੀਂ ਸੀ ਪਰ ਸੈਂਸ ਸਸਤਾ ਸੀ। ਅਤੇ ਆਹ ਤੁਸੀਂ ਹੌਲ ਦੇਖ ਸਕਦੇ ਹੋ, ਇੱਥੇ ਰੁਕਿਆ ਸੀ ਆਹ ਮੇਰਾ ਬੈਗ, ਉਹ ਲੈਪਟੋਪ ਪਿਆ ਮੇਰਾ, ਪਾਣੀ ਦੀ ਬੋਤਲ, ਆਹ ਚਾਰਜਰ ਵਗੈਰਾ ਮੇਰਾ ਸਮਾਨ ਪਿਆ ਇੱਥੇ। ਅਤੇ ਇੱਥੇ ਗੱਦੇ ਵਗੈਰਾ ਸੀਗੇ, ਅਤੇ ਮੈਂ ਥੱਲੇ ਹੀ ਵਿਛਾ ਲਏ ਸੀ ਗੱਦੇ, ਅਤੇ ਮੈਂ ਇੱਥੇ ਹੀ ਸੌਂ ਗਿਆ ਸੀਗਾ ਕਿਉਂਕਿ ਮੈਂ ਇਕੱਲਾ ਹਾਂ ਅਤੇ ਬੰਦੇ ਨੇ ਥੱਕੇ ਆ ਰਹੇ ਨੇ, ਪੇਠੀ ਸਿੱਧੀ ਕਰਨੀ ਹੁੰਦੀ ਹੈ, ਸੋ ਮੈਂ ਇੱਥੇ ਹੀ ਸੁੱਤਾ ਸੀਗਾ। ਇਸ ਤੋਂ ਇਲਾਵਾ ਜੇ ਤੁਸੀਂ ਪਰਿਵਾਰ ਦੇ ਨਾਲ ਆਉਂਦੇ ਹੋ ਤਾਂ 500 ਰੁਪਏ 'ਚ ਤੁਹਾਨੂੰ ਇੱਕ ਕਮਰਾ ਮਿਲ ਜੂਗਾ ਇੱਥੇ, ਉਹ 'ਚ ਤੁਸੀਂ ਭਾਵੇਂ ਜਿੰਨੇ ਮਰਜ਼ੀ ਬੰਦੇ ਰਹੋ ਤੁਹਾਨੂੰ 500 ਰੁਪਏ 'ਚ ਮਿਲੂਗਾ ਉਹ ਕਮਰਾ। ਅਤੇ ਉੱਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ
ਉਹ ਝੇਲਮ ਨਦੀ ਹੈ ਜਿਹੜੀ ਨਾਲ ਵਗਦੀ ਹੈ ਬਿਲਕੁਲ ਗੁਰਦੁਆਰਾ ਸਾਹਿਬ ਦੇ, ਅਤੇ ਸਾਹਮਣੇ ਬਾਰਾਮੁੱਲਾ ਸ਼ਹਿਰ ਤੁਸੀਂ ਦੇਖ ਸਕਦੇ ਹੋ। ਇੱਥੇ ਜਿਹੜੇ ਘਰ ਨੇ, ਇੱਥੇ ਜਿਹੜੇ ਲੋਕਾਂ ਦੇ ਘਰ ਨੇ, ਉਹ ਇੱਦਾਂ ਦੇ ਨੇ, ਇੱਦਾਂ ਦੀਆਂ ਛੱਤਾਂ ਨੇ, ਲੋਹੇ ਦੀਆਂ ਜਾਂ ਸਟੀਲ ਦੀਆਂ, ਸੋ ਦੈਟ ਜਿਹੜੀ ਬਰਫ਼ ਹੈ ਉੱਤੇ ਖੜ੍ਹੇ ਨਾ ਛੱਤ 'ਤੇ, ਤਾਂ ਸਾਰੇ ਕਸ਼ਮੀਰ 'ਚ ਇੱਦਾਂ ਦੀਆਂ ਹੀ ਛੱਤਾਂ ਨੇ। ਅਤੇ ਇਹ ਜਿਹੜਾ ਸ਼ਹਿਰ ਹੈ ਕਸ਼ਮੀਰ ਦਾ, ਇਹ ਪੁਰਾਣੇ ਕਸ਼ਮੀਰ, ਜਿਹੜਾ ਪੁਰਾਣਾ ਕਸ਼ਮੀਰ ਹੈ ਨਾ, ਉਹਦੀ ਜਿਹੜੀ ਲੁੱਕ ਹੈ ਉਹ ਦਰਸਾਉਂਦਾ, ਕਿਉਂਕਿ ਇੱਥੇ ਬਿਲਕੁਲ ਵੀ ਜ਼ਿਆਦਾ ਮਾਡਰਨ ਚੀਜ਼ਾਂ ਨਹੀਂ ਹੈਗੀਆਂ, ਬੜਾ ਜਿਵੇਂ ਓਲਡ ਸਕੂਲ ਜਾਂ ਪੁਰਾਣਾ ਕਸ਼ਮੀਰ ਹੁੰਦਾ ਨਾ, ਉੱਦਾਂ ਦਾ ਕਸ਼ਮੀਰ ਹੈ ਇਹ। ਅਤੇ ਮੰਨਿਆ ਜਾਂਦਾ ਵੀ ਜਿਹੜੇ ਬਾਰਾਮੁੱਲਾ 'ਚ ਜਿੰਨੇ ਘਰ ਨੇ, ਇਹਨਾਂ ਦੀਆਂ ਜਿਹੜੀਆਂ ਨੀਹਾਂ ਰੱਖੀਆਂ ਗਈਆਂ, ਉਹ ਵੀ ਜਿਹੜੇ ਇਹ ਪਹਾੜ ਨੇ, ਇਹਨਾਂ ਦੇ ਪੱਥਰ ਦੇ ਨਾਲ ਹੀ ਸਾਰੇ ਘਰਾਂ ਦੀਆਂ ਨੀਹਾਂ ਰੱਖੀਆਂ ਗਈਆਂ ਨੇ। ਅਤੇ ਆਹ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ। ਇੱਦਾਂ ਜਦੋਂ ਆਪਾਂ ਬਗਾਨੇ ਸ਼ਹਿਰ 'ਚ ਆਉਂਦੇ ਹਾਂ ਤਾਂ ਜਦੋਂ ਗੁਰਦੁਆਰਾ ਮਿਲਦਾ ਨਾ, ਤਾਂ ਇੱਦਾਂ ਲੱਗਦਾ ਵੀ ਜਿੱਦਾਂ ਆਪਾਂ ਆਪਣੇ ਘਰ ਆ ਗਏ ਹੁੰਦੇ ਹਾਂ। ਜਦੋਂ ਮੈਂ ਇਸ ਸ਼ਹਿਰ 'ਚ ਆਇਆ, ਕਿਉਂਕਿ ਇਸ ਸ਼ਹਿਰ 'ਚ ਨਾ ਤਾਂ ਕੋਈ ਵਧੀਆ ਹੋਟਲ ਹੈ ਨਾ, ਕਿਉਂਕਿ ਇਹ ਟੂਰਿਸਟ ਡੈਸਟੀਨੇਸ਼ਨ ਨਹੀਂ ਹੈਗੀ ਬਾਰਾਮੁੱਲਾ ਸ਼ਹਿਰ ਜਿਹੜਾ ਹੈ, ਇੱਥੇ ਟੂਰਿਸਟ ਨਹੀਂ ਆਉਂਦੇ। ਅੱਗੇ ਉਰੀ ਸ਼ਹਿਰ ਹੈ, ਉਰੀ ਤੋਂ ਬਾਅਦ ਪਾਕਿਸਤਾਨ ਬਾਰਡਰ ਹੈ, ਅਤੇ ਇਸ ਸ਼ਹਿਰ 'ਚ ਜਿਹੜੇ ਨੇ ਟੂਰਿਸਟ ਨਹੀਂ ਆਉਂਦੇ ਹੈਗੇ, ਇਸ ਕਰਕੇ ਇੱਥੇ ਜ਼ਿਆਦਾ ਹੋਟਲ ਵਗੈਰਾ ਹੋਸਟਲਸ ਵਗੈਰਾ ਨਹੀਂ ਹੈਗੇ। ਸੋ ਜਦੋਂ ਮੈਂ ਇੱਧਰ ਆਇਆ ਤਾਂ ਮੈਨੂੰ ਗੁਰਦੁਆਰੇ ਦਾ ਪਤਾ ਲੱਗਿਆ, ਤਾਂ ਜਿਵੇਂ ਨਾ ਮਨ ਨੂੰ ਸ਼ਾਂਤੀ ਮਿਲਦੀ ਹੈ, ਜਿੱਦਾਂ ਇੱਦਾਂ ਲੱਗਦਾ ਜਿਵੇਂ ਤੁਸੀਂ ਆਪਣੇ ਘਰ ਆ ਗਏ ਹੁੰਦੇ ਹੋ। ਰਾਤੀ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਵੀ ਬਹੁਤ ਜ਼ਿਆਦਾ ਸਵਾਸੀ। ਸੋ ਜੇ ਤੁਸੀਂ ਵੀ ਬਾਰਾਮੁੱਲਾ ਆਓ ਤਾਂ ਇਸ ਗੁਰਦੁਆਰੇ ਜ਼ਰੂਰ ਆਇਓ। ਗੁਰੂ ਸਾਹਿਬ ਦੇ ਚਰਨ ਇੱਥੇ ਇਸ ਗੁਰਦੁਆਰੇ ਵੀ ਪਏ ਸੀਗੇ, ਅਤੇ ਇਤਿਹਾਸਕ ਗੁਰਦੁਆਰਾ ਹੈ। ਅਤੇ ਹਾਲਾਂਕਿ ਇਸ ਗੱਲ ਦਾ ਰੋਸ ਜ਼ਰੂਰ ਰਹੂਗਾ ਕਿ ਗੁਰੂ ਸਾਹਿਬ ਦੀ ਜਿਹੜੀ ਨਿਸ਼ਾਨੀ ਸੀ ਉਹਨਾਂ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ, ਜਿਹਦੇ ਅਸੀਂ ਆਪ ਹੱਕਦਾਰ ਨਹੀਂ ਹੈਗੇ ਉਹ ਚੀਜ਼ ਕਰਨ ਨੂੰ, ਪਰ ਹੁਣ ਆਪਾਂ ਕੁਝ ਵੀ ਨਹੀਂ ਕਰ ਸਕਦੇ ਉਸ ਚੀਜ਼ ਲਈ। ਅਤੇ ਹੁਣ ਆਪਣੀ ਵਾਪਸੀ ਹੈ ਇੱਥੋਂ, ਇੱਥੋਂ ਜਾਣਾ ਮੈਂ ਉਰੀ ਸ਼ਹਿਰ। ਮੇਰਾ ਦੋਸਤ ਆ ਰਿਹਾ ਥੱਲੇ, ਉਹਦੇ ਨਾਲ ਆਹ ਕਮਰੇ ਦੀ ਚਾਬੀ, ਆਪਾਂ ਵਾਪਸ ਦੇਖੀਏ ਥੱਲੇ। ਅਤੇ ਗੁਰਦੁਆਰਾ ਸਾਹਿਬ ਦੀ ਰਾਖੀ ਲਈ ਇੱਥੇ ਹਮੇਸ਼ਾ ਪੁਲਿਸ ਦੀ ਡਿਊਟੀ ਅਤੇ ਆਰਮੀ ਦੀ ਡਿਊਟੀ ਰਹਿੰਦੀ ਹੈ, ਗੁਰਦੁਆਰਾ ਸਾਹਿਬ ਦੇ ਅੰਦਰ ਵੀ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਵੀ, ਐਂਡ 24 ਘੰਟੇ ਡਿਊਟੀ ਰਹਿੰਦੀ ਹੈ, ਸੋ ਦੈਟ ਕੋਈ ਮਾੜੀ ਹਰਕਤ ਨਾ ਕਰੇ, ਕੋਈ ਮਤਲਬ ਕੋਈ ਛੇੜਛਾੜ ਨਾ ਕਰੇ। ਮੈਂ ਤੁਹਾਨੂੰ ਦਿਖਾਉਂਦਾ ਬਾਹਰ ਆਰਮੀ ਦੀ ਗੱਡੀ ਖੜ੍ਹੀ ਦੀ ਹੋਊਗੀ, ਆਹ ਵੇਖੋ CRPF। ਹਾਂ ਨਹੀਂ ਨਹੀਂ ਹਾਂ ਯਾਰ, ਘਰ ਜੈਸੀ ਫੀਲਿੰਗ ਆਤੀ ਹੈ ਗੁਰਦੁਆਰੇ ਮੈਂ ਆ ਕੇ ਤੋਂ। ਯਹਾਂ ਸੇ ਕਹੀਂ ਉਤਰਾ ਤਾਂ ਮੈਂ ਆ ਕੇ ਤੇਜ਼ ਹੈ ਨਾ, ਕਿੰਨਾ ਗਹਿਰਾ ਹੋਗਾ ਪਾਣੀ।
ਕਿਤਨਾ ਗਹਿਰਾ ਹੋਗਾ ਪਾਣੀ।